ਸੱਤ ਮੁਲਕਾਂ 'ਚ ਇਹ ਫਿਲਮ ਸ਼ੂਟ ਹੋਈ ਹੈ ਜੀ। ਫਸਟ ਸਿੱਖ ਵਰਸ਼ਿਪ ਟੈਂਪਲ ਜਿਸ ਮੁਲਕ ਦੇ ਵਿੱਚ ਬਣਿਆ, ਅਸੀਂ ਕੋਸ਼ਿਸ਼ ਕੀਤੀ ਉੱਥੇ ਡਾਇਰੈਕਟਲੀ ਇਨਡਾਇਰੈਕਟਲੀ ਜਾ ਕੇ ਤਾਂ ਉਸ ਚੀਜ਼ ਨੂੰ ਫਿਲਮਾਂਕਣ ਕੀਤਾ। ਕਿ ਏਕ ਨੂਰ ਅਤੇ ਸਬਜ ਉਪਜਿਆ ਕੌਣ ਫਲੇ ਕੋ ਮੰਦੇ, ਸਾਰੇ ਬਰਾਬਰ ਨੇ। ਜੋ ਪਰਮੰਡੇ ਉਹੀ ਪਿੰਡੇ, ਉਹਨੂੰ ਜਿਹੜਾ ਖੋਜਦਾ ਤੇ ਉਹੀ ਪਾਉਂਦਾ, ਜੋ ਖੋਜੇ ਸੋ ਪਾਵੇ। ਤੁਸੀਂ ਦੇਵ ਖਰੋਜ ਜਿਹਨੂੰ ਲਿੱਤਾ, ਉਹ ਬੜੇ ਐਕਸ਼ਨ ਵਾਲੇ ਮੀਨਸ ਕਿ ਕਿਰਦਾਰ ਨੇ, ਹਮੇਸ਼ਾ ਜਿੰਨੀਆਂ ਤੁਸੀਂ ਫਿਲਮ ਦੇਖੋਗੇ ਐਕਸ਼ਨ ਵਾਲੀਆਂ ਨੇ, ਤੁਹਾਨੂੰ ਕਿਉਂ ਲੱਗਾ ਕਿ ਉਹਨਾਂ ਨੂੰ ਅਸੀਂ ਸਿੱਖਿਜ਼ਮ ਵਾਲੇ ਕਿਰਦਾਰ ਵਿੱਚ ਲੈ ਕੇ ਆਈਏ, ਕਿਉਂ ਲੱਗਾ ਕਿ ਇਹ ਵਾਲਾ ਕਰੈਕਟਰ ਇਸ ਜਗ੍ਹਾ ਦੇ ਫਿੱਟ ਬੈਠਦਾ? ਕੁਦਰਤੀ ਦੇਵ ਬਾਈ ਦਾ ਬਾਹਰਲਾ ਜੋ ਉਹਨਾਂ ਨੇ ਸਿਨੇਮਾ ਕੀਤਾ ਉਹ ਇਸ ਚੀਜ਼ ਨਾਲ ਮੈਚ ਕਰਦਾ ਸੀਗਾ। ਫਿਲਮ ਦਾ ਨਾਮ ਪਹਿਲਾਂ ਰੱਖਿਆ ਗਿਆ ਸੀ ਕਿ ਤੁਸੀਂ ਸਟੋਰੀ ਪਹਿਲਾਂ ਲਿਖ ਚੁੱਕੇ ਸੀ? ਪਹਿਲਾਂ ਨਾਮ ਲਿਖਿਆ ਗਿਆ ਸੀ। ਕਿਤੇ ਇਹ ਜਾ ਕੇ ਫੀਲ ਹੋਇਆ ਕਿ ਇਸ ਟਾਈਮ ਦੇ ਉੱਪਰ ਮੇਰੇ ਦੁੱਖ ਖਤਮ ਹੋ ਗਏ ਨੇ? ਜਿਹੜੀ ਬੀਬਾ ਸਵਾਲ ਬੜਾ ਸੋਹਣਾ ਕੀਤਾ, ਜਦ ਇਹ ਕਿਰਦਾਰ ਮੈਨੂੰ ਤਨਵੀਰ ਜਗਪਾਲ ਬੇਟੇ ਨੇ ਦਿੱਤਾ ਸੀ, ਹੂ ਬਹੂ ਇਹ ਮੇਰੀ ਜ਼ਿੰਦਗੀ ਨਾਲ ਟੁੱਕਦਾ ਹੈ। ਉਹ ਚਾਦਰ ਬਾਬੇ ਨਾਨਕ ਦੇ ਵੀ ਤੁਹਾਨੂੰ ਪਤਾ ਲੱਗੂਗਾ, ਕੁਦਰਤ ਤੁਹਾਡੇ ਨਾਲ ਔਖੀ ਕਿਉਂ ਹੈ ਅਤੇ ਤੁਸੀਂ ਜੇ ਸੁੱਖ ਪਾਉਣਾ ਤਾਂ ਕਿਵੇਂ ਪਾਉਣਾ। ਚਾਦਰ ਬਾਬੇ ਨਾਨਕ ਦਾ, ਕਈ ਵਾਰੀ ਅਸੀਂ ਬਾਬਾ ਨਾਨਕ ਦੀ ਗੱਲ ਕਰਦੇ ਹਾਂ, ਰੋਜ਼ ਕਰਦੇ ਹਾਂ, ਸਵੇਰੇ ਉੱਠ ਕੇ ਵੀ ਕਰਦੇ, ਲੇਕਿਨ ਕਈ ਵਾਰੀ ਸਾਨੂੰ ਉਹ ਗੱਲ ਭੁੱਲ ਜਾਂਦੀ ਹੈ। ਲੇਕਿਨ ਉਸ ਗੱਲ ਨੂੰ ਯਾਦ ਕਰਾਉਣ ਦੇ ਲਈ ਸਾਡੇ ਨਾਲ ਇਸ ਟਾਈਮ 'ਤੇ ਹੈ ਟੀਮ, ਯੋਗਰਾਜ ਸਿੰਘ ਜੀ ਨੇ ਅਤੇ ਤਨਵੀਰ ਸਿੰਘ ਜਗਪਾਲ ਜੀ ਨੇ, ਜਿਹੜੇ ਕਿ ਸਾਡੇ ਨਾਲ ਮੌਜੂਦ ਨੇ, ਅਤੇ ਇਹਨਾਂ ਦੀ ਫਿਲਮ ਆ ਰਹੀ ਹੈ ਉੱਚਾਦਰ ਬਾਬੇ ਨਾਨਕ ਦਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਪਿਆਰ। ਅੱਛਾ ਯੋਗਰਾਜ ਸਿੰਘ ਜੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਮੈਂ ਟ੍ਰੇਲਰ ਦੇਖਿਆ ਨਾ, ਤਾਂ ਮੈਂ ਇਮੋਸ਼ਨਲ ਹੋ ਗਈ ਸਭ ਤੋਂ ਪਹਿਲਾਂ ਦੇ। ਤੁਸੀਂ ਮੈਂ ਇੱਥੇ ਨਾਲ ਬੈਠਾ ਜੀ, ਤੁਸੀਂ ਮੈਨੂੰ ਨੈਚੁਰਲੀ ਚੀਜ਼ ਹੀ ਐਸੀ ਹੈ ਜਿਹੜੀ ਆਪਣੀ ਰੂਹ ਨੂੰ ਹਿੱਟ ਕਰਦੀ ਹੈ। ਗੁਰੂ ਸਾਹਿਬ ਦੀਆਂ ਗੱਲਾਂ, ਗੁਰੂ ਨਾਨਕ ਦੇਵ ਦੀਆਂ ਗੱਲਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੱਲਾਂ, ਸ਼ਹੀਦਾਂ ਸਿੰਘਾਂ ਦੀਆਂ ਗੱਲਾਂ, ਤੁਸੀਂ ਉਹਨੂੰ ਦੇਖੋ ਤਾਂ ਸਹੀ ਮਾੜਾ ਜਿਹੀ ਨਿਗਾਹ ਮਾਰ ਕੇ ਸਾਰੇ ਅੰਦਰੋਂ, ਅਤੇ ਉਹ ਹਮੇਸ਼ਾ ਹੀ ਜਦੋਂ ਚੀਜ਼ ਹੋਊਗੀ ਇਮੋਸ਼ਨਲੀ ਹੋਊਗੀ ਕਿ ਕੁਛ ਉਹਨਾਂ ਨੇ ਆਪਣੀ ਜ਼ਿੰਦਗੀ ਛੰਡਾਇਆ ਆਪਣੇ ਸਾਰਿਆਂ ਵਾਸਤੇ, ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਖਾਤਰ ਕੀ ਕੁਛ ਨਹੀਂ ਹੋਇਆ, ਅਤੇ ਉਹਨਾਂ ਦੇ ਚਰਨਾਂ ਦੀ ਮਿੱਟੀ ਬਣ ਜਾਈਏ, ਬਹੁਤ ਵੱਡੀ ਗੱਲ ਹੈ ਜੀ। ਆਪਾਂ ਤਾਂ ਉਹਨਾਂ ਦੀ ਗੱਲ ਕਰਨ ਯੋਗ ਵੀ ਹੈ ਨਹੀਂ ਜੀ। ਤਨਵੀਰ ਜੀ, ਮੈਂ ਇੱਕ ਗੱਲ ਨੋਟਿਸ ਕੀਤੀ, ਤੁਸੀਂ ਬੜੇ ਅੰਦਰੋਂ ਇਮੋਸ਼ਨਲ ਹੋ, ਜਾਂ ਤੁਸੀਂ ਅੰਦਰੋਂ ਬੜੇ ਗੰਭੀਰ ਕਿਸਮ ਦੇ ਇਨਸਾਨ ਹੋ, ਜਾਂ ਕਹਿ ਸਕਦੇ ਕਿ ਪਿਛਲੇ ਕਿੰਨੀਆਂ ਸਾਰੀ ਤੁਹਾਡੀ ਫਿਲਮਾਂ ਅਸੀਂ ਦੇਖ ਰਹੇ ਹਾਂ, ਅਤੇ ਦਾਣਾ ਪਾਣੀ ਹੋ ਗਿਆ ਜਾਂ ਰੱਬ ਦਾ ਰੇਡੀਓ ਹੋ ਗਿਆ, ਕਿ ਜਿਸ ਤਰ੍ਹਾਂ ਤੁਹਾਡੇ ਅੰਦਰ ਬਚਪਨ ਤੋਂ ਇਹ ਚੀਜ਼ ਹੈ ਕਿ ਜਾਂ ਤੁਹਾਨੂੰ ਉਹਦੇ ਲਈ ਕ੍ਰੀਏਸ਼ਨ ਕਰਨੀ ਪਈ ਇਸ ਚੀਜ਼ ਵਾਸਤੇ? ਨਹੀਂ ਭੈਣੇ, ਕ੍ਰੀਏਸ਼ਨ ਤਾਂ ਕੋਈ ਨਹੀਂ, ਮੈਂ ਵੀ ਤੁਹਾਡੇ ਵਰਗੇ ਇਨਸਾਨ ਹਾਂ, ਸੇਮ ਇੱਦਾਂ ਦਾ ਤਾਂ ਕੁਛ ਕੋਈ ਖਾਸ ਨਹੀਂ ਇੱਦਾਂ ਦੀ ਭੈਣੇ ਗੱਲ, ਬਸ ਇਹ ਆ ਵੀ ਓਨੈਸਟਲੀ ਦੱਸਾਂ ਤਾਂ ਇਹ ਸਾਰੀਆਂ ਬਲੈਸਿੰਗਸ ਹੁੰਦੀਆਂ ਨੇ ਗੁਰੂ ਸਾਹਿਬ ਦੀਆਂ ਨਾ, ਅਤੇ ਤੁਸੀਂ ਬਸ ਗੱਲ ਸਾਰੀ ਸਮਝਣ ਦੀ ਆ, ਗੱਲ ਉਸ ਚੀਜ਼ ਨੂੰ ਗ੍ਰੈਪ ਕਰਨ ਦੀ ਆ। ਸੋ ਮੈਨੂੰ ਐਂ ਲੱਗਦਾ ਵੀ ਮੇਰਾ ਸਟੇਸ਼ਨ ਉਹ ਫ੍ਰੀਕੁਐਂਸੀ ਫੜਨ ਦੀ ਕੋਸ਼ਿਸ਼ ਕਰ ਰਿਹਾ, ਹਜੇ ਇੱਕ ਰਾਹ ਆ ਬਾਪੂ ਜੀ ਬਹੁਤ ਲੰਬਾ, ਸੋ ਜਿਹੜੀ ਉਹ ਫ੍ਰੀਕੁਐਂਸੀ ਆ ਰਹੀ ਆ ਮੈਂ ਕੋਸ਼ਿਸ਼ ਕਰ ਰਿਹਾ ਉਸ ਰਾਹ 'ਤੇ ਤੁਰਨ ਲਈ। ਦੇਖਿਆ ਤੁਸੀਂ ਗੁਰਦੁਆਰਾ ਸਾਹਿਬ ਬੜੇ ਸਾਰੇ ਕਵਰ ਕੀਤੇ ਆ, ਕਿੰਨੇ ਗੁਰਦੁਆਰਾ ਸਾਹਿਬ ਕਵਰ ਕੀਤੇ ਆ? ਮੈਨੇ ਸੱਤ ਮੁਲਕਾਂ 'ਚ ਇਹ ਫਿਲਮ ਸ਼ੂਟ ਹੋਈ ਹੈ ਜੀ, ਅਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਸਟ ਸਿੱਖ ਟੈਂਪਲ, ਫਸਟ ਸਿੱਖ ਵਰਸ਼ਿਪ ਟੈਂਪਲ ਜਿਸ ਮੁਲਕ ਦੇ ਵਿੱਚ ਬਣਿਆ, ਅਸੀਂ ਕੋਸ਼ਿਸ਼ ਕੀਤੀ ਉੱਥੇ ਡਾਇਰੈਕਟਲੀ ਇਨਡਾਇਰੈਕਟਲੀ ਜਾ ਕੇ ਤਾਂ ਉਸ ਚੀਜ਼ ਨੂੰ ਫਿਲਮਾਂਕਣ ਕੀਤਾ। ਆਸਟ੍ਰੇਲੀਆ ਦਾ ਫਸਟ ਗੁਰੂ ਘਰ, ਅਮੈਰੀਕਾ ਦਾ ਖਾਲਸਾ ਦੀਵਾਨ ਸੁਸਾਇਟੀ, ਕੈਲੀਫੋਰਨੀਆ ਸਟੋਕਟਨ ਦੇ ਵਿੱਚ, ਵੈਨਕੂਵਰ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਪਾਕਿਸਤਾਨ 'ਚ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਰਥ ਪਲੇਸ ਹੈ ਨਾ ਜੀ, ਅਤੇ ਇੰਡੀਆ ਦੇ ਵਿੱਚ ਜਲੰਧਰ ਸ਼ਹਿਰ 'ਚ ਸਿੰਘਾਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਿੱਥੇ ਬਾਪੂ ਜੀ ਉਹਨਾਂ ਦਾ ਸ਼ੂਟ ਹੋਇਆ। ਸੋ ਇੱਕ ਕੋਸ਼ਿਸ਼ ਆ ਕਿ ਫਿਲਮ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਣ ਇਨਡਾਇਰੈਕਟਲੀ।
ਹੈ ਨਾ। ਸਰ ਜਿਵੇਂ ਕਿ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟ ਕੀਤਾ, ਜੇ ਤੁਹਾਡੇ ਪਿਛਲੇ ਜੀਵਨ ਦੀ ਗੱਲ ਕੀਤੀ ਜਾਵੇ ਜਾਂ ਤੁਸੀਂ ਡਿਫਰੈਂਟ ਡਿਫਰੈਂਟ ਕਿਰਦਾਰ ਕਰਦੇ ਹੋ ਜਾਂ ਕੁਛ ਬਹੁਤ ਸਾਰੇ ਕਿਰਦਾਰ ਕਰਦੇ ਹੋ, ਲੇਕਿਨ ਇਹ ਜਿਹੜਾ ਕਿਰਦਾਰ ਸੀ ਸਿੱਖੀਜ਼ਮ ਦੇ ਨਾਲ ਜੁੜਿਆ ਹੋਇਆ ਸੀ, ਸੋ ਕਿਤੇ ਨਾ ਕਿਤੇ ਡਰ ਰਹਿੰਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਬੋਲ ਰਹੇ ਹਾਂ ਕਿਤੇ ਉਹ ਚੀਜ਼ ਗਲਤ ਨਾ ਹੋ ਜਾਵੇ, ਉਸ ਚੀਜ਼ ਦਾ ਧਿਆਨ ਕਿਵੇਂ ਰੱਖਿਆ ਗਿਆ? ਇਸ ਸਾਰਾ ਇੱਕ ਪੰਥ ਹੈ। ਪੰਥ ਕੀ ਹੁੰਦਾ? ਰੱਬ ਦਾ ਰਾਹ। ਧਰਮ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਪੰਥ ਦੀ ਗੱਲ ਕਰ ਰਿਹਾ। ਗੁਰੂ ਸਾਹਿਬ ਨੇ ਪੰਥ ਦੀ ਗੱਲ ਕੀਤੀ। ਇਹ ਰਾਹ ਸਾਰਿਆਂ ਵਾਸਤੇ ਹੀ ਹੈ, ਹਰ ਵਰਗ ਦੇ ਬੰਦੇ ਵਾਸਤੇ ਹੈ, ਹਰ ਧਰਮ ਦੇ ਬੰਦੇ ਵਾਸਤੇ ਹੈ, ਹਰ ਬੰਦੇ ਵਾਸਤੇ। ਜਿੱਥੇ ਇਹ ਗੱਲ ਕਹੀ ਗਈ ਹੈ ਕਿ ਏਕ ਨੂਰ ਤੇ ਸਬਜ ਉਪਜਿਆ ਕੌਣ ਭਲੇ ਘੁੰਮ ਦੇ, ਸਾਰੇ ਬਰਾਬਰ ਨੇ। ਕੋਈ ਹੋਵੇ ਪ੍ਰਥਾ ਲੰਗਰ ਦੀ ਇਸ ਕਰਕੇ ਚੱਲੀ ਸੀ, ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ 20 ਰੁਪਈਏ ਦੀ, ਕਿ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣਗੇ। ਸੋ ਆਈ ਥਿੰਕ ਏਕਤਾ ਜਿਹੜੀ ਹੈ ਕਿ ਇੱਕ ਰੱਬ ਅਤੇ ਸਾਰੀ ਕਾਇਨਾਤ, ਸਾਰਾ ਪ੍ਰਮੰਡ, ਜੋ ਪਰਮੰਡੇ ਉਹੀ ਪਿੰਡੇ, ਉਹਨੂੰ ਜਿਹੜਾ ਖੋਜਦਾ ਫਿਰ ਉਹੀ ਪਾਉਂਦਾ, ਜੋ ਖੋਜੇ ਸੋ ਪਾਵੇ। ਸੋ ਇੰਨੀ ਗੱਲ ਹੈ, ਇੰਨੀ ਗੱਲ ਆਪਾਂ ਸਮਝ ਲਈਏ ਅਤੇ ਮੈਂ ਤੁਹਾਨੂੰ ਦੱਸਦੇ ਵੀ ਜੀਵਨ ਖੁਸ਼ੀਆਂ ਭਰਾਈ ਹੈ। ਤਨਵੀਰ ਜੀ, ਜਿਵੇਂ ਕਿ ਤੁਸੀਂ ਦੇਵ ਖਰੋਜ ਜੀ ਲਿੱਤਾ, ਉਹ ਬੜੇ ਐਕਸ਼ਨ ਵਾਲੇ ਮੀਨਸ ਕਿ ਕਿਰਦਾਰ ਨੇ, ਹਮੇਸ਼ਾ ਜਿੰਨੀਆਂ ਤੁਸੀਂ ਫਿਲਮ ਦੇਖੋਗੇ ਐਕਸ਼ਨ ਵਾਲੀਆਂ ਨੇ, ਤੁਹਾਨੂੰ ਕਿਉਂ ਲੱਗਾ ਕਿ ਉਹਨਾਂ ਨੂੰ ਅਸੀਂ ਸਿੱਖਿਜ਼ਮ ਵਾਲੇ ਕਿਰਦਾਰ ਵਿੱਚ ਲੈ ਕੇ ਆਈਏ? ਕਿਉਂ ਲੱਗਾ ਕਿ ਇਹ ਵਾਲਾ ਕਰੈਕਟਰ ਇਸ ਜਗ੍ਹਾ ਦੇ ਫਿੱਟ ਬੈਠਦਾ? ਮੈਨੂੰ ਕਹਾਣੀ ਦੀ ਹੈ ਨਾ ਡਿਮਾਂਡ ਸੀਗੀ ਕਿ ਇੱਕ ਅਗਰੈਸਿਵ ਇਨਸਾਨ, ਇੱਕ ਗੁੱਸੇਖੋਰ ਇਨਸਾਨ, ਹੈ ਨਾ, ਕਿ ਜਿਸ ਦੀ ਛਵੀ ਇਹੋ ਜਿਹੀ ਆ ਫਿਲਮ ਦੇ ਵਿੱਚ। ਕੁਦਰਤੀ ਦੇਵ ਬਾਈ ਦਾ ਬਾਹਰਲਾ ਜੋ ਉਹਨਾਂ ਨੇ ਸਿਨੇਮਾ ਕੀਤਾ ਉਹ ਇਸ ਚੀਜ਼ ਨਾਲ ਮੈਚ ਕਰਦਾ ਸੀਗਾ। ਮਤਲਬ ਇਹ ਵੀ ਇੱਕ ਸਬੱਬ ਬਣਿਆ, ਲਾਈਕ ਓਨੈਸਟਲੀ ਦੱਸਾਂ, ਇੱਡਾ ਮੈਂ ਕੋਈ ਸੋਚ ਵਿਚਾਰ ਕਰਕੇ ਨਹੀਂ ਸੀ ਲਿਖਿਆ, ਪਰ ਹਾਂ ਇੱਕ ਕਰੈਕਟਰ ਜ਼ਰੂਰ ਲਿਖਿਆ ਸੀਗਾ ਕਿ ਆਪਣੀ ਫਿਲਮ ਦਾ ਕਰੈਕਟਰ ਇਹੋ ਜਿਹਾ ਹੋਵੇ ਜਿਹੜਾ ਅਗਰੈਸਿਵ ਹੋਵੇ, ਛੋਟੀ ਛੋਟੀ ਗੱਲ 'ਤੇ ਗੁੱਸਾ ਕਰਦਾ ਹੋਵੇ, ਲਾਈਕ ਉਹ ਆਪਦੀਆਂ ਚੀਜ਼ਾਂ 'ਚ ਹੀ ਫਸਿਆ ਹੋਵੇ, ਉਹਨੇ ਆਪਦੀ ਲਾਈਫ ਨੂੰ ਕੰਪਲੀਕੇਟ ਬਣਾ ਲਿਆ ਹੋਵੇ, ਕਿ ਉਸ ਇਨਸਾਨ ਨੂੰ ਫਿਲਮ ਕੱਢਦੀ ਆ ਬੜੇ ਸਿਖਾਲੇ ਢੰਗ ਦੇ ਨਾਲ, ਲਾਈਕ ਆਪਦੀਆਂ ਚੀਜ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ, ਗੁਰਬਾਣੀ ਦੀ ਜਿਹੜੀ ਪਾਵਰ ਆ ਉਹ ਕਿਸੇ ਇਨਸਾਨ ਨੂੰ ਇੱਦਾਂ ਦੀਆਂ ਮੁਸੀਬਤਾਂ 'ਚੋਂ ਕਿਵੇਂ ਕੱਢ ਕੇ ਇੱਕ ਸਹੀ ਸਧਾਰਨ ਇਨਸਾਨ ਬਣਾਉਂਦੀ ਹੈ, ਇਹ ਫਿਲਮ ਆ। ਸੋ ਇਸ ਕਰਕੇ ਉਹ ਕੁਦਰਤੀ ਦੇਵ ਬਾਈ ਨੇ ਚੀਜ਼ ਸੂਟ ਬਹੁਤ ਸੋਹਣੀ ਕੀਤੀ ਭੈਣੇ। ਤੁਸੀਂ ਸਟੋਰੀ ਰਾਈਟ ਕੀਤੀ ਹੈ ਅਤੇ ਫਿਲਮ ਦਾ ਨਾਮ ਪਹਿਲਾਂ ਰੱਖਿਆ ਗਿਆ ਸੀ ਕਿ ਤੁਸੀਂ ਸਟੋਰੀ ਬਾਰੇ ਲਿਖ ਚੁੱਕੇ ਸੀ? ਪਹਿਲਾਂ ਨਾਮ ਲਿਖਿਆ ਗਿਆ ਸੀ ਜੀ, ਪਹਿਲਾਂ ਨਾਮ ਰੱਖਿਆ ਗਿਆ ਸੀਗਾ ਫਿਲਮ ਦਾ, ਹਾਂਜੀ, ਬਹੁਤ ਚਿਰ ਤੋਂ ਨਾਮ ਸੋਚਿਆ ਹੋਇਆ ਸੀਗਾ। ਲਿਖਣ 'ਚ ਭੈਣੇ ਦੋ ਸੀ, ਕੋਵਿਡ ਦੇ ਵਿੱਚ ਲਿਖਦੇ ਪਏ ਸੀਗੇ, ਹਾਂਜੀ, ਕੋਵਿਡ ਦੇ ਵਿੱਚ ਲਿਖੀ ਹੋਈ ਸੀ, ਹਾਂਜੀ। ਉਸ ਤੋਂ ਬਾਅਦ ਤੁਸੀਂ? ਹਾਂਜੀ, ਕਾਫੀ ਲੰਬਾ ਉਹਦਾ ਸਮਾਂ ਲੰਬਾ ਲੱਗ ਗਿਆ, 3-4 ਸਾਲ ਲੱਗ ਗਏ ਜੀ ਲੱਗਿਆ। ਯੋਧਾ ਸਿੰਘ ਜੀ, ਜਿਵੇਂ ਕਿ ਤੁਸੀਂ ਉਸ ਕਿਰਦਾਰ ਨੂੰ ਪਾਇਆ ਜਿਹਦੇ 'ਚ ਬਹੁਤ ਦੁੱਖ ਹੈ ਜਾਂ ਬਹੁਤ ਉਹ ਚੀਜ਼ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਸਾਰੇ ਇਹੋ ਜਿਹੇ ਪਲ ਆਉਂਦੇ ਕਿ ਅਸੀਂ ਉਸ ਦੁੱਖਾਂ 'ਚੋਂ ਨਿਕਲਦੇ ਹਾਂ, ਕਿਤੇ ਇਹ ਜਾ ਕੇ ਫੀਲ ਹੋਇਆ ਕਿ ਇਸ ਟਾਈਮ ਦਾ ਮੇਰੇ ਦੁੱਖ ਖਤਮ ਹੋ ਗਏ ਨੇ? ਜਿਹੜੀ ਬੀਬਾ ਸਵਾਲ ਬੜਾ ਸੋਹਣਾ ਕੀਤਾ, ਜਦ ਇਹ ਕਿਰਦਾਰ ਮੈਨੂੰ ਤਨਵੀਰ ਜਗਪਾਲ ਬੇਟੇ ਨੇ ਦਿੱਤਾ ਸੀ, ਹੂ ਬਹੂ ਇਹ ਮੇਰੀ ਜ਼ਿੰਦਗੀ ਨਾਲ ਢੁੱਕਦਾ। ਮੈਂ ਆਪਣੀ ਲਾਈਫ 'ਚ 4 ਟੱਬਰ ਪਾਲਤੇ, ਪਹਿਲਾਂ ਮੇਰੇ ਫਾਦਰ ਦੇ ਪਹਿਲੇ ਮੈਰਿਜ 'ਚੋਂ ਬੇਟੀ, ਉਹਨਾਂ ਦੇ 5 ਬੱਚੇ, ਫਿਰ ਦੂਜੀ ਮੈਰਿਜ, ਮੇਰੀ ਮੈਰਿਜ ਤੋਂ ਸਾਰਾ ਉਹਨਾਂ ਦਾ ਪਰਿਵਾਰ, ਫਿਰ 6 ਕੁੜੀਆਂ ਸੀ ਉਹ ਪਰਿਵਾਰ। ਮੈਂ ਇੰਨਾ ਕੁਛ ਇੱਕ ਸੰਤਾਪ ਹਟਾ ਕੇ ਬਾਈ ਜੀ ਬਣ ਗਿਆ, ਬਾਈ ਜੀ ਮੀਨਸ ਘਰ ਦਾ ਵੱਡਾ, ਔਰ ਮੈਂ ਇਸ ਪਰਿਵਾਰਾਂ ਨੂੰ ਪਾਲਦੇ ਪਾਲਦੇ, ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਕਰਦੇ, ਜੋ ਕਿ ਹਰ ਆਦਮੀ ਨੂੰ ਕਰਨੀਆਂ ਚਾਹੀਦੀਆਂ, ਇੱਕ ਬਾਪ ਹੋਣ ਦੇ ਨਾਤੇ, ਇੱਕ ਭਰਾ ਹੋਣ ਦੇ ਨਾਤੇ, ਇੱਕ ਪੁੱਤ ਹੋਣ ਦੇ ਨਾਤੇ, ਸਭ ਨੂੰ ਇੱਕ ਰਿਸ਼ਤੇ 'ਚ ਬੰਨ ਕੇ ਕੋਸ਼ਿਸ਼ ਕੀਤੀ ਗੁਲਦਸਤਾ ਬਣਾਉਣ ਦੀ। ਪਰ ਮੈਂ ਜ਼ਿੰਦਗੀ 'ਚ ਰਿਅਲਾਈਜ਼ ਕੀਤਾ ਕਿ ਟਾਈਮ ਸਿਰ ਸਾਰੇ ਆਪਣੇ ਆਪਣੇ ਰਾਹ ਤੁਰ ਗਏ, ਔਰ ਸ਼ਾਇਦ ਮੈਂ ਸਮਝਦਾ ਸੀ ਇਹਨਾਂ 'ਚ ਮੇਰਾ ਜੀਵਨ ਹੈ, ਪਰ ਇਸ ਤਰ੍ਹਾਂ ਸੀ ਨਹੀਂ। ਇਹ ਫਿਲਮ ਵੀ ਇਸ ਤਰ੍ਹਾਂ ਹੀ ਹੈ।
ਉਸ ਪਰਿਵਾਰ ਦੇ ਕਈ ਦੁੱਖ ਹੋਣਗੇ, ਉਸ ਪਰਿਵਾਰ ਦੇ ਕਈ ਚੀਜ਼ਾਂ ਸੀ ਜਿਹੜੀਆਂ ਮੈਨੂੰ ਬਹੁਤ ਦੁਖੀ ਕਰਦੀਆਂ ਸੀ, ਮੇਰੇ ਆਪਦੇ ਲਾਈਫ ਦੇ ਵਿੱਚ ਬਹੁਤ ਕੁਝ ਬੀਤਿਆ, ਪਰ ਇੱਕ ਚੀਜ਼ ਹਮੇਸ਼ਾ ਹੀ ਮੈਨੂੰ ਰੱਬ ਨੇ ਮੇਰੇ ਨਾਲ ਚੱਲੀ ਕਿ ਮੇਰੀ ਬਾਂਹ ਫੜ ਕੇ ਰੱਖੀ ਅਤੇ ਮੈਨੂੰ ਦੁੱਖਾਂ 'ਚੋਂ ਚੀਜ਼ਾਂ 'ਚੋਂ ਕੱਢਦਾ ਰਿਹਾ। ਮੇ ਬੀ ਕਿਉਂਕਿ ਮੈਂ ਬਲੈਸਡ ਹਾਂ, ਮੈਂ ਆਪਣੇ ਬਜ਼ੁਰਗ ਮਾਂ ਬਾਪ ਦੇ ਘਰ ਪੈਦਾ ਹੋਇਆ, ਰਾੜੇ ਵਾਲੇ ਸੰਤ ਸੰਤ ਤੀਰਥ ਸਿੰਘ ਉਹਨਾਂ ਦੇ ਬਚਨਾਂ ਨਾਲ 70-72 ਸਾਲ ਦੀ ਮੇਰੇ ਫਾਦਰ ਦੀ ਉਮਰ ਸੀ, ਮੈਂ ਉਦੋਂ ਤਾਂ ਜਦ ਹੀ ਹੋਸ਼ ਸੰਭਾਲੀ ਹੈ, ਮੈਨੂੰ ਰੱਬ ਵੀ ਯਾਦ ਹੈ, ਗੁਰੂ ਘਰ ਯਾਦ ਹੈ, ਅਤੇ ਉਹ ਕਰਦੇ 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 ਜਦ ਸਡਨਲੀ ਉਹ ਗੁਰੂ ਨੇ ਮੇਰੀ ਬਾਂਹ ਫੜੀ, ਮੈਨੂੰ ਬੜੇ ਕਹਿੰਦੇ ਪਹਿਲਾਂ ਮੰਗਦਾ ਫਿਰ ਟੰਗਦਾ ਫਿਰ ਰੰਗਦਾ, ਤਾਂ ਉਹ ਟੰਗਣ ਮੰਗਣ ਤੋਂ ਬਾਅਦ ਰੰਗਣ ਦਾ ਜਦ ਟਾਈਮ ਆਇਆ ਅਤੇ ਮੈਂ ਅਹਿਸਾਸ ਕੀਤਾ ਕਿ ਉਹ ਮਣਾ ਤੂੰ ਕਿੱਥੇ ਫਿਰਦਾ ਰਿਹਾ, ਇਹ ਜਾਇਦਾਦ, ਇਹ ਪੈਸੇ, ਇਹ ਗੱਡੀਆਂ, ਧੀਆਂ ਪੁੱਤਰ, ਘਰ ਪਰਿਵਾਰ, ਰਿਸ਼ਤੇਦਾਰ, ਦੋਸਤ, ਇਹ ਇੱਥੇ ਕੁਛ ਵੀ ਨਹੀਂ, ਜੋ ਕੁਛ ਹੈ ਉਹ ਹੈ। ਉਹ ਐਸਾ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਮੈਨੂੰ 3 ਵਜੇ ਉਠਾ ਕੇ ਮੇਰਾ ਚੌਂਕੜਾ ਮਰਵਾਉਣਾ ਸ਼ੁਰੂ ਕੀਤਾ, ਕਿਤੇ ਜਾ ਕੇ ਬਾਣੀ ਪੜ੍ਹਾਉਣੀ 'ਚ ਜਹਾਜ਼ 'ਚ ਜਾਣਾ, ਗੱਡੀ ਜਾਣਾ, ਇੱਕ ਕੰਮ ਹੋਏ। ਸਿਮਰਲੀ ਇਸ ਫਿਲਮ ਦੇ ਵਿੱਚ ਇਹੀ ਇੱਕ ਬੰਦਾ ਹੈ ਜਿਹੜਾ ਇੰਨਾ ਕੁ ਦੁਖੀ ਹੈ, ਲੇਕਿਨ ਜਦ ਰੱਬ ਦੀ ਗੱਲ ਸਮਝ ਆਈ, ਜਦ ਉਹ ਬਾਣੀ ਵਿੱਚ ਤੁਰੀ, ਤੇ ਸਾਰਾ ਕੁਛ ਆਪਣੇ ਆਪ ਠੀਕ ਹੋ ਗਿਆ, ਸੰਸਾਰ 'ਚ ਵੀ ਤਾਂ ਹੀ ਹੋ ਰਿਹਾ। ਦੁਖੀ ਕਿਉਂ ਹੈ? ਇਸ ਕਰਕੇ ਕਿ ਉਹ ਸ਼ਾਇਦ ਤਨਵੀਰ ਨੇ ਗੱਲ ਕਹੀ ਸੀ ਬੜੀ ਸੋਹਣੀ ਪੁੱਤਰ ਨੇ ਕਿ ਬਾਪੂ ਜੀ ਗੱਲ ਪਤਾ ਕੀ ਹੈ, ਆਪਾਂ ਗੁਰਦੁਆਰੇ ਜਾਂਦੇ ਆਪਣੀ ਮੰਗਾਂ ਬਣੀਆਂ ਨੇ, ਆਹ ਚਾਹੀਦਾ, ਉਹ ਚਾਹੀਦਾ, ਇਹ ਚਾਹੀਦਾ, ਕੀ ਆਪਾਂ ਇਸ ਕਰਕੇ ਗੁਰਦੁਆਰੇ ਜਾਂਦੇ ਹਾਂ? ਜਾਂ ਇਹ ਸਿਧਾਂਤ ਬਣਿਆ ਸੀ ਕਿ ਤੂੰ ਮੰਗ, ਰੱਬ ਕਹਿੰਦਾ ਕਦੇ ਮੈਨੂੰ ਮੰਗ ਕੇ ਦੇਖ, ਮੈਂ ਸਾਰੀ ਦੁਨੀਆ ਤੈਨੂੰ ਦੇ ਦਿਆਂਗਾ। ਠੀਕ ਹੈ, ਇੱਕ ਕੁਐਸਚਨ ਹੋਰ ਵੀ ਹੈ, ਇਹ ਮੈਂ ਗੁਰਪ੍ਰੀਤ ਘੁੱਗੀ ਜੀ ਨੂੰ ਪੁੱਛਿਆ ਸੀ, ਉਹਨੇ ਅਰਦਾਸ ਫਿਲਮ ਦੀ ਪ੍ਰਮੋਸ਼ਨ ਲਈ ਆਏ ਸੀ ਅਤੇ ਉਹਨੂੰ ਪੁੱਛਿਆ ਸੀ, ਤੁਹਾਨੂੰ ਵੀ ਹੈ, ਤੁਹਾਨੂੰ ਵੀ ਹੈ, ਮੈਂ ਗੁਰਪ੍ਰੀਤ ਘੁੱਗੀ ਜੀ ਨੂੰ ਪੁੱਛਿਆ ਸੀ ਕਿ ਅਸੀਂ ਕਿਤੇ ਲੇਟ ਤਾਂ ਨਹੀਂ ਹੋ ਗਏ ਆਪਣੀ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਦੇ ਵਿੱਚ, ਆਪਣੀ ਗੁਰਬਾਣੀ ਨੂੰ ਪ੍ਰਮੋਟ ਕਰਨ ਦੇ ਵਿੱਚ? ਤੁਹਾਨੂੰ ਕੀ ਲੱਗਦਾ, ਅੱਜ ਕੱਲ੍ਹ ਜਿਹੜੀ ਯੂਥ ਹੈ ਉਹ ਤੁਸੀਂ ਇੰਸਟਾ ਦੇਖੋਗੇ, ਅਸੀਂ ਰੀਲਸ ਬਣਾਈ ਜਾ ਰਹੇ ਹਾਂ, ਜਾਂ ਅਸੀਂ ਬੜੇ ਉਖੜੇ ਉਖੜੇ ਹਾਂ, ਅਸੀਂ ਕਿਉਂ ਹਾਂ? ਤੁਹਾਨੂੰ ਲੱਗਦਾ ਕਿ ਅਸੀਂ ਲੇਟ ਹੋ ਚੁੱਕੇ ਹਾਂ ਵੈਸੇ? ਕਿ ਅਸੀਂ ਇਨਸਾਨ ਬਣੇ ਹੀ ਨਹੀਂ। ਜਿਹੜੇ ਜਿਹੜੇ ਲੋਕ ਇਹ ਸਵਾਲ ਪੁੱਛਦੇ ਨੇ ਉਹਦਾ ਜਵਾਬ ਦਿੰਦੇ ਨੇ, ਜਾਂ ਕੋਈ ਵੀ, ਉਹ ਪਹਿਲਾਂ ਅੰਦਰ ਝਾਕ ਕੇ ਦੇਖਣ ਕਿ ਵਾਕਈ ਇਨਸਾਨ ਬਣੇ। ਗੱਲ ਸਿੱਖੀ ਦੀ ਨਹੀਂ ਹੈ, ਗੱਲ ਕਿਸੇ ਧਰਮ ਦੀ ਨਹੀਂ। ਵੰਸ ਅਗੇਨ ਰਿਪੀਟ ਕਰਨਾ, ਜਦ ਗੁਰੂ ਸਾਹਿਬ ਨੇ ਕਹਿਤਾ ਕਿ ਏਕ ਨੂਰ ਤੇ ਸਬਜਗ ਉਪਜਿਆ ਕੌਣ ਭਲੇ ਕੋ ਮੰਦੇ, ਤਾਂ ਉਹ ਸਾਰਾ ਇੱਕ ਗੁਲਦਸਤਾ ਸਾਰਿਆਂ ਦਾ ਇਕੱਠਾ ਬੰਨਿਆ ਗਿਆ। ਲੇਕਿਨ ਆਪਾਂ ਇਨਸਾਨ ਬਣਨ 'ਚ ਬਹੁਤ ਲੇਟ ਹੋ ਚੁੱਕੇ ਹਾਂ, ਇਸ ਕਰਕੇ ਕੁਦਰਤ ਔਖੀ ਬਹੁਤ ਹੈ। ਉੱਚਾ ਦਰ ਬਾਬੇ ਨਾਨਕ ਦੇਵ ਵੀ ਤੁਹਾਨੂੰ ਪਤਾ ਲੱਗੂਗਾ ਕੁਦਰਤ ਤੁਹਾਡੇ ਨਾਲ ਔਖੀ ਕਿਉਂ ਹੈ, ਅਤੇ ਤੁਸੀਂ ਜੇ ਸੁੱਖ ਪਾਉਣਾ ਤਾਂ ਕਿਵੇਂ ਪਾਉਣਾ? ਭੈਣੇ ਜਦੋਂ ਜਾਗੋ ਉਦੋਂ ਹੀ ਸਵੇਰਾ, ਮੇਰੇ ਹਿਸਾਬ ਨਾਲ ਤਾਂ ਵੀ ਅਸੀਂ ਕੋਈ ਲੇਟ ਨਹੀਂ। ਮੇਰੇ ਹਿਸਾਬ ਨਾਲ ਮੈਨੂੰ ਜੋ ਲੱਗ ਰਿਹਾ, ਜੇ ਮੈਂ ਇਸ ਵਕਤ ਉਹਨੂੰ ਇਨੀਸ਼ੀਏਟਲੀ ਲੈ ਰਿਹਾ, ਦੈਟ ਮੀਨਸ ਕਿ ਮੈਂ ਉਹ ਰਾਈਟ ਕਰ ਰਿਹਾ, ਰਾਈਟ? ਅਤੇ ਮੈਨੂੰ ਲੱਗਦਾ ਵੀ ਸਭ ਨੂੰ, ਸਾਰਿਆਂ ਨੂੰ, ਲਾਈਕ ਜਿੱਦਾਂ ਹੁਣ ਤੁਸੀਂ ਦੱਸਿਆ, ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਉਹਨਾਂ ਨੂੰ ਸਵਾਲ ਪੁੱਛਿਆ, ਵਧੀਆ ਗੱਲ ਆ ਤੁਸੀਂ ਪੁੱਛੀ ਗੱਲ, ਅਤੇ ਬਾਪੂ ਜੀ ਨੇ ਦੱਸਿਆ ਵੀ ਇਨਸਾਨ ਬਣੋ। ਇਨਸਾਨ ਬਣਨ ਲਈ ਤੁਹਾਨੂੰ ਕੋਈ ਸਮਾਂ ਜਾਂ ਸਵੇਰ ਦਾ ਉੱਠਣਾ ਜਾਂ ਕੋਈ ਦਿਨ ਵਿਚਾਰਨ ਦੀ ਲੋੜ ਨਹੀਂ। ਸੋ ਜਦੋਂ ਜਾਗੋ ਉਦੋਂ ਹੀ ਸਵੇਰ ਆ, ਜੇ ਅੱਜ ਜਾਗ ਆ ਗਈ ਤਾਂ ਅੱਜ ਹੀ ਲੱਗ ਜਾਓ, ਹੈ ਨਾ? ਜੇ ਅੱਜ ਹੀ ਅਸੀਂ, ਜੇ ਅੱਜ ਤੁਸੀਂ ਇਹ ਸਵਾਲ ਹੁਣ ਕਰ ਲਿਆ ਤਾਂ ਹੁਣ ਇੱਕ ਇਹਨੂੰ ਰਿਪੀਟਲੀ ਕਰਦੇ ਰਹੋ। ਸੋ ਇਹ ਚੀਜ਼ਾਂ ਵਧਣਗੀਆਂ ਹੌਲੀ ਹੌਲੀ, ਹੈ ਨਾ? ਅੱਜ ਤੋਂ 100 ਸਾਲ ਬਾਅਦ ਉਹ ਤਾਂ ਸੋਚਣਗੇ ਵੀ 100 ਸਾਲ ਪਹਿਲਾਂ ਆਪਣੇ ਤੋਂ ਸਾਡੇ ਪੁਰਖ ਆ ਗੱਲਾਂ ਕਰਦੇ ਸੀ, ਹੈ ਨਾ? ਜਾਂ ਉਹਨਾਂ ਨੇ ਇਹੋ ਜਿਹੀਆਂ ਫਿਲਮਾਂ ਬਣਾਈਆਂ, ਜਾਂ ਇਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬੀ ਇੰਡਸਟਰੀ 'ਚ, ਹੈ ਨਾ? ਸੋ ਦੈਟਸ ਇਟ। ਇੱਕ ਜਾਦੂ ਹੈ ਜਿਹੜਾ ਕਿਸੇ ਨਾਲ ਸਵਾਲ ਪੁੱਛਿਆ, ਮੈਂ ਜਵਾਬ ਕਿਸੇ ਦਿੱਤਾ। ਜਾਦੂ ਇਹ ਹੈ ਕਿ ਤੁਸੀਂ ਇੱਕ ਵਾਰੀ ਇੱਕ ਕਦਮ ਪੱਟੋ ਸਹੀ ਪਰਮਾਤਮਾ ਵੱਲ। ਧੀਏ, ਤੂੰ ਧੀਏ ਮੇਰੀ ਯਾਦ ਰੱਖੀ, ਆਪਣੇ ਦਿਲੋਂ ਦੁਖੀ ਹੋ ਕੇ ਇੱਕ ਵਾਰੀ ਅੱਖ 'ਚੋਂ ਹੰਝੂ ਕੱਢ ਕੇ ਇੱਕ ਕਦਮ ਪੱਟ ਸਹੀ, ਉਸ ਤੋਂ ਬਾਅਦ ਤੂੰ ਮੈਨੂੰ ਦੱਸੀ ਵੀ ਕੀ ਹੋਇਆ। ਐਸਾ ਜਾਦੂ ਹੈ। ਥੈਂਕ ਯੂ, ਥੈਂਕ ਯੂ ਸੋ ਮਚ। ਸੋ 12 ਜੁਲਾਈ ਨੂੰ ਆ ਰਹੀ ਹੈ ਫਿਲਮ ਉਚਾਦਰ ਬਾਬੇ ਨਾਨਕ ਦਾ, ਅਤੇ ਜ਼ਰੂਰ ਜਾ ਕੇ ਦੇਖਿਓ, ਕਿਉਂਕਿ ਕਈ ਵਾਰੀ ਕੋਈ ਦੁੱਖ ਉਦੋਂ ਵੀ ਭੁੱਲ ਜਾਂਦੇ ਹੁੰਦੇ ਜੇ ਤੁਸੀਂ ਫਿਲਮ ਦੇਖ ਕੇ ਤੁਹਾਨੂੰ ਉਸ ਚੀਜ਼ 'ਚੋਂ ਮੈਸੇਜ ਮਿਲ ਜਾਏ। ਸੋ ਤੁਸੀਂ ਜ਼ਰੂਰ ਜਾਣਾ 12 ਜੁਲਾਈ ਨੂੰ ਫਿਲਮ ਦੇਖਣ ਵਾਸਤੇ, ਕਿਉਂਕਿ ਬਾਬਾ ਨਾਨਕ ਸਾਰਿਆਂ ਦਾ।
ਸੋ ਮੈਂ ਕਿੱਸਾ ਉੱਥੇ ਦਾ ਜ਼ਰੂਰ ਸੁਣਾਉਣਾ ਚਾਹੂੰਗਾ ਤੁਹਾਨੂੰ, ਉਸ ਤੋਂ ਬਾਅਦ ਮੈਂ ਵਾਈਂਡ ਅਪ ਕਰੂੰ ਕਿ ਜਿੰਨਾ ਸੰਘਾ ਸਾਹਿਬ ਜਾਂ ਯੋਗ ਭਾਅ ਜੀ ਨੇ ਇਸ ਫਿਲਮ ਬਾਰੇ ਦੱਸਿਆ ਮੈਨੂੰ ਲੱਗਦਾ ਉਸ ਤੋਂ ਇਲਾਵਾ ਦੱਸਣ ਦੀ ਲੋੜ ਨਹੀਂ। ਉੱਥੇ ਇੱਕ ਨਾ ਜਗ੍ਹਾ ਆ ਜਿਹਨੂੰ ਕਹਿੰਦੇ ਅਸੀਂ ਆਲਮਗੀਰੀ ਦਰਵਾਜ਼ਾ, ਲਾਹੌਰ ਦਾ ਜਿਹੜਾ ਗੇਟ ਆ ਉਹਦਾ ਨਾਂ ਆਲਮਗੀਰੀ ਦਰਵਾਜ਼ਾ ਆ। ਮੇਰਾ ਉਹ ਦਰਵਾਜ਼ਾ ਵੇਖਣ ਦੀ ਬੜੀ ਤਮੰਨਾ ਸੀ, ਚਲੋ ਗੁਰਧਾਮਾਂ ਦੇ ਦਰਸ਼ਨ ਤਾਂ ਮੇਰੇ ਮਤਲਬ ਹੈ ਹੀ ਸੀ ਮੇਰੇ ਦਿਲ ਦੇ ਵਿੱਚ, ਪਰ ਉਹ ਦਰਵਾਜ਼ਾ ਦੇ ਅੱਗੇ ਖਲੋਣ ਦੀ ਮੇਰੀ ਬੜੀ ਚਾਹਨਾ ਸੀਗੀ। ਮੈਂ ਨਾ ਜਦੋਂ ਕਿਲ੍ਹੇ ਪਹੁੰਚਿਆ ਤਾਂ ਮੈਨੂੰ ਕਹਿੰਦੇ ਭਾਅ ਜੀ ਅੰਦਰ ਚੱਲੀਏ ਕਿਲ੍ਹੇ, ਮੈਂ ਕਿਹਾ ਯਾਰ ਪਹਿਲਾਂ ਮੈਨੂੰ ਉਹ ਸੰਮਨ ਬੁਰਜ ਵਿਖਾਓ, ਸੰਮਨ ਬੁਰਜ ਕਿਹੜਾ ਜਿਹਨੂੰ ਆਲਮਗੀਰੀ ਦਰਵਾਜ਼ਾ ਕਹਿੰਦੇ ਆ। ਕਹਿੰਦਾ ਜੀ ਉੱਧਰਲੇ ਬੰਨੇ ਆ, ਅਸੀਂ ਡੇਰਾ ਸਾਹਿਬ ਜਿੱਥੇ ਪੰਜਵੇਂ ਪਾਤਸ਼ਾਹ ਦਾ ਸਥਾਨ ਲਾਗੋ ਦੀ ਲੰਘ ਕੇ ਮੈਂ ਗੱਡੀ 'ਚੋਂ ਮੇਰੇ ਨਾਲ ਦੇ ਅੰਦਰ ਚਲੇ ਗਏ ਅਤੇ ਮੈਂ ਉੱਤਰ ਕੇ ਅਤੇ ਮੈਂ ਆਲਮਗੀਰੀ ਦਰਵਾਜ਼ੇ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕੀਤਾ। ਮੈਂ 5-7-10 ਕਦਮ ਹੀ ਤੁਰਿਆ ਅਤੇ ਮੇਰੇ ਪੈਰ ਨਾ ਰੁਕ ਗਏ, ਜਿੱਦਾਂ ਕਿਸੇ ਨੇ ਮੇਰੇ ਪੈਰ ਬੰਨ ਲਏ ਹੁੰਦੇ ਆ। ਮੈਂ ਫਿਰ ਵਾਪਸ ਆਇਆ, ਪਿੱਛੋਂ ਵੀਡੀਓ ਬਣਾ ਰਿਹਾ ਸੀ, ਮੈਂ ਕਿਹਾ ਮੇਰੇ ਬੈਗ ਤੋਂ ਵੀਡੀਓ ਬਣਾਈ। ਮੈਂ ਫਿਰ ਤੁਰਿਆ 15 ਕਦਮ ਗਿਆ ਅਤੇ ਮੈਂ ਫਿਰ ਰੁਕ ਗਿਆ, ਜਿੱਦਾਂ ਕਿਸੇ ਨੇ ਪੈਰ ਮੇਰੇ ਫਿਰ ਫੜ ਲਏ ਹੁੰਦੇ। ਮੈਂ ਵਾਪਸ ਆਇਆ, ਕਹਿੰਦਾ ਸਰ ਕੀ ਹੋਇਆ ਜੀ, ਜਿਹੜਾ ਗਾਈਡ ਸੀ। ਮੈਂ ਕਿਹਾ ਤੂੰ ਕੈਮਰਾ ਡਰਾਈਵਰ ਨੂੰ ਫੜਾ ਅਤੇ ਤੂੰ ਮੇਰੇ ਨਾਲ ਚੱਲ ਯਾਰ। ਮੈਂ ਅਤੇ ਉਹ ਦੋਵੇਂ ਜਾਣੇ ਅਸੀਂ ਤੁਰਦੇ ਗਏ। ਮੈਂ ਆਪਣੇ ਆਪਣੇ ਮਾਇੰਡ ਨੂੰ ਡਿਵਰਟ ਕੀਤਾ ਉਹਦੇ ਨਾਲ ਗੱਲਾਂ ਦੇ ਵਿੱਚ, ਮੇਰੀ ਹਿੰਮਤ ਨਹੀਂ ਸੀ ਪੈ ਰਹੀ ਉਸ ਦਰਵਾਜ਼ੇ ਦੇ ਸਾਹਮਣੇ ਜਾ ਕੇ ਖੜ੍ਹੇ ਹੋਣ ਦੀ। ਮੈਂ ਗਿਆ, ਕੈਮਰਾਮੈਨ ਰਾਊਂਡ ਘੁੰਮਿਆ, ਮੇਰੇ ਹੱਥ ਜੇ ਜੁੜੇ ਉੱਥੇ, ਮੈਂ ਇੰਸਟਾਗ੍ਰਾਮ 'ਤੇ ਵੀਡੀਓ ਵੀ ਪਾਈ ਹੋਈ ਉਹ ਜਿਹੜਾ ਵੀਡੀਓ ਬਣਾ ਰਿਹਾ ਸੀ। ਉਹ ਮੈਨੂੰ ਕਹਿੰਦਾ ਜੀ ਤੁਸੀਂ ਹੱਥ ਜੋੜ ਲਏ, ਆਪਾਂ ਦੁਬਾਰਾ ਸ਼ੂਟ ਕਰੀਏ। ਮੈਂ ਕਿਹਾ ਤੈਨੂੰ ਦੱਸ ਹੀ ਨਹੀਂ ਸਕਦਾ ਸਾਡੇ ਲਈ ਇਹ ਕੀ ਆ, ਤੈਨੂੰ ਦੱਸ ਹੀ ਨਹੀਂ ਸਕਦਾ ਵੀ ਜਿੱਥੇ ਮੈਂ ਖਲੋਤਾ ਉੱਥੇ ਕੌਣ ਖੜ੍ਹਾ ਸੀ ਅਤੇ ਇਹ ਦਰਵਾਜ਼ਾ ਸਾਡੇ ਲਈ ਕੀ ਆ। ਕਹਿੰਦਾ ਮੈਨੂੰ ਦੱਸੋ, ਗਾਈਡ ਉੱਥੋਂ ਦਾ। ਮੈਂ ਕਿਹਾ ਕੋਈ ਵੇਲਾ ਸੀਗਾ ਵੀ 1798 ਦੇ ਵਿੱਚ ਜਿੱਥੇ ਮੈਂ ਖੜ੍ਹਾ ਇੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਖੜ੍ਹਾ ਸੀ ਅਤੇ ਇਸ ਦਰਵਾਜ਼ੇ ਦੇ ਅੰਦਰ ਸ਼ਾਹਜ਼ਮਾਂ ਸੀ ਅਬਦਾਲੀ ਦਾ ਪੋਤਰਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵਿਗਾਰਿਆ ਸੀ ਵੀ ਬਾਹਰ ਨਿਕਲ ਅਬਦਾਲੀ ਦਾ ਪੋਤਰਾ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵਿਗਾਰਦਾ। ਤੇਰਾ ਦਾਦਾ ਕਹਿੰਦਾ ਸੀ ਅਹਿਮਦ ਸ਼ਾਹ ਅਬਦਾਲੀ ਵੀ ਮੈਂ ਨਹੀਂ ਆਊਂਗਾ ਪਰ ਮੇਰੇ ਪੋਤੇ ਪੜਪੋਤੇ ਚੜ੍ਹ ਕੇ ਆਉਂਦੇ ਰਹਿਣਗੇ। ਲੈ ਆ ਗਿਆ ਮੈਂ ਚੜ੍ਹਤ ਸਿੰਘ ਦਾ ਪੋਤਰਾ ਬਾਹਰ ਨਿਕਲ। ਮੈਂ ਕਿਹਾ ਮੈਂ ਉਹ ਫੀਲ ਕਰ ਰਿਹਾ ਸੀ ਚੀਜ਼, ਮੇਰੇ ਹੱਥ ਮੈਂ ਕਿਹਾ ਇਸ ਕਰਕੇ ਨਹੀਂ ਜੁੜੇ ਵੀ ਇਹ ਦਰਵਾਜ਼ਾ, ਮੇਰੇ ਹੱਥ ਇਸ ਕਰਕੇ ਜੁੜੇ ਕਿ ਕਦੀ ਇਹਨੂੰ ਜਿੱਤਿਆ ਸੀ ਅਸੀਂ ਇੱਥੇ ਬਹਿ ਕੇ, ਕਦੀ 42 ਸਾਲ ਅਸੀਂ ਉਹ ਰਾਜ ਕੀਤਾ ਆ ਇਸ ਤਖ਼ਤ ਉੱਤੇ ਬਹਿ ਕੇ ਜਿਹੜੇ ਰਾਜ ਦਾ ਸਾਨੀ ਪੂਰੀ ਦੁਨੀਆਂ 'ਚ ਅੱਜ ਕੋਈ ਨਹੀਂ ਆ, ਉਹਦੀ ਮਿਸਾਲ ਨਹੀਂ ਮਿਲਦੀ।